ਗੁਰਮੁਖ ਪਿਆਰਿਓ ਧੰਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਤੇ ਕਮੈਂਟ ਵੀ ਕਰਿਓ ਸੰਗਤ ਜੀ ਅੱਜ ਆਪਾਂ ਕੁਝ ਖਾਸ ਬੇਨਤੀਆਂ ਸਾਂਝੀਆਂ ਕਰਨੀਆਂ ਨੇ ਤੁਹਾਡੇ ਨਾਲ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੈ ਕਿ ਸੌਦਾ ਸਾਦ ਪੈਰੋਲ ਤੇ ਆਇਆ ਉਹਨੂੰ 40 ਦਿਨ ਦੀ ਪੈਰੋਲ ਜਿਹੜੀ ਹੈ ਚੌਥੀ ਵਾਰ ਮਿਲੀ ਹੈ RAM ਰਹੀਮ ਨੂੰ ਮਾਰਨ ਦੇ ਲਈ ਬੰਬ ਵੀ ਮੰਗਾਏ ਗਏ ਉਹਨੂੰ ਸੋਧਣ ਦੇ ਲਈ ਹਰ ਇੱਕ ਮਾਸਟਰ ਮਾਈਂਡ ਗਰੀ ਅਪਣਾਈ ਗਈ ਸੋ ਸਚਾਈ ਜਿਹੜੀ ਇੱਕ ਸਿੰਘ ਦੀ ਮੈਂ ਤੁਹਾਨੂੰ ਦੱਸਣ ਲੱਗਿਆ ਸੋ ਬੇਨਤੀਆਂ ਸਨਸਾਨੀਆਂ ਕਰਾਂਗੇ ਸਾਰੇ ਜਾਣੇ ਫਤਿਹ ਬਲਾਓ ਆਪਾਂ ਆਰੰਭਤਾ ਕਰੀਏ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰ ਵਾਲਿਓ ਹਰ ਕੋਈ ਸੱਚਾ ਸਿੱਖ ਜਿਹੜਾ ਹੈ ਨਾ ਹਰ ਕੋਈ ਗੁਰੂ ਦਾ ਸੱਚਾ ਸਿੱਖ ਜਿਹੜਾ ਹੈ ਉਹ ਇੱਕੋ ਗੱਲ ਸੋਚਦਾ ਹੈ ਇੱਕ ਵਾਰ 24 ਘੰਟਿਆਂ ਦੇ ਵਿੱਚੋਂ ਦਿਮਾਗ ਦੇ ਵਿੱਚ ਗੱਲ ਜ਼ਰੂਰ ਆਉਂਦੀ ਹੈ ਕਿ ਮੈਂ ਸੌਦਾ ਸਾਧ ਨੂੰ ਸੋਧਾ ਕਿਵੇਂ ਲਾਵਾਂ ਇਹਨੂੰ ਸੋਧਣ ਦਾ ਜਿਹੜਾ ਕੰਮ ਹੈ ਉਹ ਮੈਂ ਕਰ ਸਕਾਂ ਕਿਵੇਂ ਕਰਾਂ ਮੈਨੂੰ ਗੁਰੂ ਇਹ ਨਹੀਂ ਤਾਕਤ ਦੇਵੇ ਜਿਹੜਾ ਸੱਚਾ ਸਿੱਖ ਹੈ ਉਹ ਹੀ ਸੋਚਦਾ ਹੈ ਕੱਚਾ ਪਿੱਲਾ ਨਹੀਂ ਸੋ ਪਿਆਰਿਓ ਜਿੱਦਣ ਕਿਸੇ ਤੇ ਕਿਰਪਾ ਹੋ ਗਈ ਨਾ ਜਿੱਦਣ ਕਿਸੇ ਨੂੰ ਗੁਰੂ ਨੇ ਦੇਤੀ ਨਾ ਥਾਪੜਾ ਸਥਾਪਨਾ ਜਿਸ ਦਿਨ ਕਿਸੇ ਨੂੰ ਮਿਲ ਗਈ ਨਾ ਗੁਰੂ ਤੋਂ ਉਸ ਦਿਨ ਫਿਰ ਅੱਖ ਝਪਕਣ ਜਿੰਨਾ ਸਮਾਂ ਵੀ ਨਹੀਂ ਲੱਗਣਾ ਇਤੋਂ ਵੀ ਘੱਟ ਸਮਾਂ ਲੱਗਣਾ ਹੈ ਜਿਨ੍ਹਾਂ ਨੇ ਪੰਜਾਬ ਦੇ ਵਿੱਚ دہشتਾਂ ਮਚਾਈਆਂ ਜਿਨ੍ਹਾਂ ਨੇ ਪੰਜਾਬ ਦੀ ਨੌਜਵਾਨੀ ਨੂੰ ਸੋਧਿਆ ਮੈਨੂੰ ਮਾਫ਼ ਕਰਿਓ ਮੈਂ ਸ਼ਬਦ ਵਰਤ ਗਿਆ ਪੰਜਾਬ ਦੀ ਨੌਜਵਾਨੀ ਦਾ ਘਾਣ ਕੀਤਾ ਪੰਜਾਬ ਦੀ ਨੌਜਵਾਨੀ ਨੂੰ ਖਤਮ ਕਰਨ ਵਾਲਿਆਂ ਦਾ ਸੋਧਾ ਲਾਇਆ ਉਹਨਾਂ ਨੂੰ ਸੋਧਿਆ ਉਹਨਾਂ ਬੰਦਿਆਂ ਨੇ ਜਿਨ੍ਹਾਂ ਤੇ ਗੁਰੂ ਦੀ ਕਿਰਪਾ ਹੋ ਗਈ ਤੇ ਗੁਰੂ ਨੇ ਉਹਨਾਂ ਤੋਂ ਸੇਵਾ ਲਈ ਭਾਈ ਦਲਾਵਰ ਸਿੰਘ ਵਰਗੇ ਭਾਈ ਦਲਾਵਰ ਸਿੰਘ ਵਰਗੇ ਜਿਨ੍ਹਾਂ ਨੇ ਆਪਣੇ ਸਰੀਰ ਤੇ ਬੰਬ ਬਣ ਕੇ ਬੇਅੰਤੇ ਬੁੱਚੜ ਦਾ ਘਾਣ ਕੀਤਾ ਉਹਨੂੰ ਮਾਰਿਆ ਕੇ ਪੀਐਸ ਗੱਲ ਵਰਗੇ ਬਚ ਕੇ 1984 ਦੇ ਵਿੱਚ ਲੈਫਟੀਨੈਂਟ ਕੁਲਦੀਪ ਸਿੰਘ ਬਰਾੜ ਬਚ ਗਿਆ ਹਾਲੇ ਤੱਕ ਵੀ ਜਉਂਦਾ ਆ ਕੀ ਖਟਿਆ ਸਜ਼ਾ ਤੇ ਮਿਲਣੀ ਮਿਲਣੀ ਹੁੰਦੀ ਐ ਨਾ ਸਜ਼ਾ ਤੇ ਮਿਲੀ ਐ ਨਾ ਕੀ ਹੋਇਆ ਘਰ ਵਾਲੀ ਮਰ ਗਈ ਮੁੰਡਾ ਮਰ ਗਿਆ ਧੀ ਘਰੋਂ ਭੱਜ ਗਈ ਕੱਲਾ ਰਹਿ ਗਿਆ ਕੀ ਖਟਿਆ ਕੀ ਕਮਾਇਆ ਤੇ ਹੁਣ ਕੀ ਹੋਇਆ ਜੀ ਆਪ ਕੈਂਸਰ ਦੀ ਬਿਮਾਰੀ ਨਾਲ ਜੂਝ ਰਿਹਾ ਕੀ ਖਟਿਆ ਬਣਿਆ ਕੁਝ ਕਪੀਐਸ ਗੱਲ ਵਰਗੇ ਭਿਆਨਕ ਬਿਮਾਰੀਆਂ ਨਾਲ ਜੂਝ ਰਹੇ ਨੇ ਬਣਿਆ ਕੁਝ ਖਟਿਆ ਕੁਝ ਕੀ ਹੋ ਗਿਆ ਉਹ ਇਨੇ ਨੌਜਵਾਨਾਂ ਨੂੰ ਖਤਮ ਕੀਤਾ ਘਰੋਂ ਚਾਕੇ ਬੇਦੋਸ਼ਿਆਂ ਨੂੰ ਮਾਰਿਆ ਸਜ਼ਾਵਾਂ ਤੇ ਮਿਲਣੀਆਂ ਹੀ ਹੋਈਆਂ ਨਾ ਮਿਲਣਗੀਆਂ ਸਜ਼ਾਵਾਂ ਤੇ ਅਜੇ ਤੇ ਹੋਰ ਮਿਲਣਗੀਆਂ ਅਜੇ ਤੇ ਹੈ ਹੀ ਕੁਝ ਨਹੀਂ ਅਜੇ ਤੇ ਸੇਰ ਚੋਂ ਪੂਣੀਓ ਕੱਤੀ ਆ ਕੱਲੀ ਤੇ ਮੈਂ ਤੁਹਾਡਾ ਧਿਆਨ ਦਿਵਾਉਣਾ ਚਾਹਨਾ ਕਿ ਗੁਰੂ ਨੇ ਜਿਨਾ ਤੋਂ ਸੇਵਾਵਾਂ ਲਈਆਂ ਚਾਹੇ ਉਹ ਜਿੰਦੇ ਸੁਖੇ ਵਰਗੇ ਹੋਣ ਸਤਵੰਤ ਸਿੰਘ ਬਿਆੰਤ ਸਿੰਘ ਭਾਈ ਕੇਰ ਸਿੰਘ ਵਰਗੇ ਹੋਣ ਭਾਈ ਦਲਾਵਰ ਸਿੰਘ ਵਰਗੇ ਹੋਣ ਜਗਤਾਰ ਸਿੰਘ ਹਵਾਰਾ ਜਗਤਾਰ ਸਿੰਘ ਤਾਰਾ ਤੇ ਸਾਡੇ ਜਿਹੜੇ ਬੰਦੀ ਸਿੰਘ ਨੇ ਜਿਨ੍ਹਾਂ ਨੇ ਤਸ਼ੱਦਦ ਹੁੰਦਾ ਹੋਇਆ ਮਨੁੱਖਤਾ ਦੇ ਉੱਤੇ ਉਹਨੂੰ ਠੱਲ ਪਾਈ ਜੇ ਉਹ ਨਾ ਕਰਦੇ ਤੇ ਅੱਜ ਸ਼ਾਇਦ ਰੂਪਰੇਖਾ ਕੁਝ ਪੰਜਾਬ ਦੀ ਹੋਰ ਹੋਣੀ ਸੀ ਕਈ ਲੋਕ ਮੈਨੂੰ ਕਹਿੰਦੇ ਜੀ ਗਰਮ ਪ੍ਰਚਾਰ ਕਰਦਾ ਜੀ ਐਂ ਕਹਿੰਦਾ ਜੀ ਦੁਨੀਆ ਨੂੰ ਪੜਕਾਉਂਦਾ ਇਹ ਦੁਨੀਆ ਨੂੰ ਪੜਕਾਉਣ ਵਾਲੀ ਗੱਲ ਨਹੀਂ ਉਹ ਤਾਂ ਸਾਡੇ ਅੱਖਾਂ ਦੇ ਸਾਹਮਣੇ ਹੋਇਆ ਆ 30 ਸਾਲ ਪਿੱਛੇ ਚਲੇ ਜਾਓ ਕੀ ਕੁਝ ਹੋਇਆ ਤੁਹਾਨੂੰ ਪਤਾ ਲੱਗ ਜੂਗਾ 1995 ਦੇ ਹਾਲਾਤ ਕੀ ਸੀ ਤੁਹਾਨੂੰ ਪਤਾ ਲੱਗ ਜੂਗਾ ਕੀ ਕੁਝ ਹੋਇਆ ਸੀ ਉਹ ਤੁਸੀਂ ਕਦੇ ਆਪ ਤੇ ਵੇਖੋ ਕੀ ਬਣਦਾ ਕੀ ਹੈ ਬਣ ਕੀ ਰਿਹਾ ਆ ਸਾਡੇ ਉਹ ਪਰਿਵਾਰ ਸਹਿਮ ਸਹਿਮ ਕੇ ਸਾਹ ਲੈਂਦੇ ਸੀ ਸਹਿਮ ਸਹਿਮ ਕੇ ਰਾਤਾਂ ਕੱਟਦੇ ਸੀ ਦਿਨ ਕੱਟਦੇ ਸੀ ਪਤਾ ਨਹੀਂ ਕਦੋਂ ਕਿਹੜੇ ਵੇਲੇ ਪੁਲਿਸ ਚੜ੍ਹ ਕੇ ਆ ਜਾਏ ਥਾਣਾ ਚੜ੍ਹ ਕੇ ਆ ਜਾਏ ਕਿਹੜੇ ਪਰਿਵਾਰ ਨੂੰ ਚੱਕ ਕੇ ਲੈ ਜਾਏ ਕੋਈ ਨਹੀਂ ਸੀ ਪਤਾ ਇੰਨੇ ਡਰ ਦੇ ਮਾਹੌਲ ਦੇ ਵਿੱਚ ਅੰਦਰ ਬੜ ਕੇ ਰਹਿਣਾ ਛੰਜਾ ਮੇਲੇ ਸਭ ਕੁਝ ਬੰਦ ਹੋ ਗਏ ਲੋਕ ਘਰਾਂ ਦੇ ਵਿੱਚ ਬੰਦ ਹੋ ਕੇ ਰਹਿ ਗਏ ਜੇ ਕੋਈ ਬਾਹਰ ਜਾਂਦਾ ਸੀ ਨਾ ਮੈਨੂੰ ਕਿਸੇ ਬਜ਼ੁਰਗ ਨੇ ਦੱਸਿਆ ਸਵੇਰੇ ਦਿਨ ਚੜੇ ਉਹਨੇ ਜਾਣਾ ਸ਼ਾਮ ਨੂੰ ਆਥਣ ਹੋਂ ਤੋਂ ਪਹਿਲਾਂ ਪਹਿਲਾਂ ਉਹਨੇ ਘਰ ਮੁੜੇ ਆਉਣਾ ਪਤਾ ਨਹੀਂ ਕਿਹੜੇ ਵੇਲੇ ਐਮਰਜੈਂਸੀ ਲੱਗ ਜੇ ਪਤਾ ਨਹੀਂ ਪਿੱਛੇ ਜਵਾਕਾਂ ਦਾ ਕੀ ਬਣੂ ਕੀ ਨਾ ਹੋਊਗਾ ਪਤਾ ਨਹੀਂ ਪੁਲਿਸ ਨਾ ਆਜੇ ਜਵਾਕਾਂ ਨੂੰ ਚੱਕ ਕੇ ਨਾ ਲੈ ਜੇ ਐਦਾਂ ਦੇ ਹਾਲਾਤ ਸੀ ਸਾਡੇ ਉਹ ਪੁਲਸੀਏ ਘਰਾਂ ਦੇ ਵਿੱਚ ਵੜਦੇ ਮੈਂ ਸ਼ਬਦ ਵਰਤ ਰਿਆਂ ਜੀ ਪੁਲਸੀਏ ਉਹਨਾਂ ਦੇ ਵਿੱਚ ਬੜੇ ਭਾਵਨਾਵਾਲੇ ਸੀ ਜਿਹੜੇ ਨੌਕਰੀਆਂ ਨੂੰ ਠੋਕਰਾ ਮਾਰ ਕੇ ਆ ਗਏ ਮੈਂ ਉਹਨਾਂ ਦੀ ਕਦਰ ਕਰਦਾ ਪ੍ਰਮਾਤਮਾ ਕਰੇ ਉਹਨਾਂ ਨੂੰ ਚੜ੍ਹਦੀ ਕਲਾ ਦੇਵੇ ਜਿਹੜੇ ਨੌਕਰੀਆਂ ਦੀ ਪਰਵਾਹ ਕਰੇ ਬਿਨਾਂ ਪਰਿਵਾਰਾਂ ਦੇ ਉੱਤੇ ਹੁੰਦਾ ਜ਼ੁਲਮ ਦੇਖ ਕੇ ਉਹ ਛੱਡ ਕੇ ਆ ਗਏ ਕਹਿੰਦੇ ਸਾਰ ਤੋਂ ਨਹੀਂ ਇਹ ਕੰਮ ਹੁੰਦਾ ਹੈਗਾ ਅਸੀਂ ਨਹੀਂ ਕਰਨਾ ਹੈਗਾ ਤੇ ਪੁਲਿਸ ਇਹ ਘਰਾਂ ਦੇ ਵਿੱਚ ਵੜ ਕੇ ਧੀਆਂ ਭੈਣਾਂ ਦੀਆਂ ਇੱਜ਼ਤਾਂ ਨਾਲ ਖਿਲਵਾੜ ਕਰਦੇ ਉਹਨਾਂ ਦੀ ਵਿਪੱਤੀ ਕਰਦੇ ਪਰਿਵਾਰ ਦੇ ਨੌਜਵਾਨ ਮੁੰਡਿਆਂ ਨੂੰ ਚੱਕ ਕੇ ਲੈ ਜਾਂਦੇ ਗਰਮ ਕਰਕੇ ਪ੍ਰੈਸਾਂ ਉਹਨਾਂ ਨੌਜਵਾਨਾਂ ਦੇ ਜਿਨ੍ਹਾਂ ਦਾ ਕਸੂਰ ਹੀ ਕੋਈ ਨਹੀਂ ਸੀ ਸ਼ਰੀਰਾਂ ਤੇ ਲਾਉਂਦੇ ਤੇ ਗਰਭਵਤੀ ਮਹਿਲਾਵਾਂ ਮੇਰੀਆਂ ਭੈਣਾਂ ਨੂੰ ਢਿੱਡ ਦੇ ਵਿੱਚ ਲੱਤਾਂ ਮਾਰ-ਮਾਰ ਕੇ ਮਾਰ ਦਿੰਦੇ ਉਹਨਾਂ ਦੇ ਗਰਭਪਾਤ ਕਰ ਦਿੰਦੇ ਉਹ ਉਹਨਾਂ ਨੇ ਬੱਚਿਆਂ ਨੂੰ ਖਤਮ ਕਰ ਦਿੰਦੇ ਕੁੱਖਾਂ ਦੇ ਵਿੱਚ ਇਹੋ ਜੇ ਹਾਲਾਤ ਵੇਖੇ ਨੇ ਅਸੀਂ ਪ੍ਰਾਣੇ ਮੈਂ ਬੇਨਤੀ ਕਰਦਾ ਉਹਨਾਂ ਨੂੰ ਸੋਧਣ ਦੇ ਲਈ ਉਹਨਾਂ ਨੂੰ ਜਲਾਦਾਂ ਨੂੰ ਮਾਰਨ ਦੇ ਲਈ ਗੁਰੂ ਨੇ ਸੇਵਾ ਲਈ ਕੁਝ ਬੰਦਿਆਂ ਤੋਂ ਜਿਨ੍ਹਾਂ ਦਾ ਸਿੱਖੀ ਨਾਲ ਕੋਈ ਲਗਾ ਦੇਗਾ ਵੀ ਹੈ ਨਹੀਂ ਸੀ ਉਹਨਾਂ ਨੂੰ ਗੁਰੂ ਨੇ ਸੇਵਾ ਬਖਸ਼ੀਓਣਾ ਤੋਂ ਖੁਦ ਸੇਵਾ ਲੈ ਲਈ ਕਿ ਆ ਜਾ ਭਾਈ ਇਹ ਸੇਵਾ ਤੇਰੇ ਜੁੰਮੇ ਆ ਇਹ ਤੇਤੋਂ ਲੈਣੀ ਆ ਸੇਵਾ ਸੱਚੇ ਪਾਤਸ਼ਾਹ ਨੇ ਉਹ ਸੇਵਾ ਲਈ ਉਹਨਾਂ ਜਲਾਦਾਂ ਨੂੰ ਸੋਧੇ ਲਵਾਏ ਸੋਧੇ ਦਿੱਤੇ ਉਹਨਾਂ ਲੋਕਾਂ ਨੂੰ ਤੇ ਮੈਂ ਇੱਥੇ ਬੇਨਤੀ ਕਰਾਂਗਾ ਇੰਦਰਾ ਗਾਂਧੀ ਨੇ ਜੇ ਅਟੈਕ ਕੀਤਾ ਜੀ ਇੰਦਰਾ ਗਾਂਧੀ ਮਾੜੀ ਨਹੀਂ ਸੀ ਹੁਣ ਸਿੱਖੋ ਗੱਲ ਸੁਣ ਲਿਓ ਧਿਆਨ ਨਾਲ ਤੁਸੀਂ ਜਲਦੀ ਪੰਥ ਤੋਂ ਛੇਕਣ ਦੀ ਕਾਲੀ ਕਰ ਜਾਂਦੇ ਹੋ ਮੇਰੀ ਬੇਨਤੀ ਨੂੰ ਸੁਣ ਲਿਓ ਇੰਦਰਾ ਗਾਂਧੀ ਮਾੜੀ ਨਹੀਂ ਸੀ ਇੰਦਰਾ ਗਾਂਧੀ ਇੱਕ ਚੰਗੀ ਸੱਚੀ ਇਨਸਾਨ ਸੀ ਪਰ ਉਹਨੂੰ ਮਜਬੂਰ ਕੀਤਾ ਸਾਡੇ ਵਾਲਿਆਂ ਨੇ ਕਹਿੰਦੇ ਚੁੱਕ ਜਿਹੜੀ ਹੁੰਦੀ ਹੈ ਨਾ ਵੱਡੇ ਵੱਡੇ ਪੱਥਰਾਂ ਨੂੰ ਉਲਟਾ ਦਿੰਦੀ ਹੈ ਇਹਨਾਂ ਨੇ ਇੰਦਰਾ ਗਾਂਧੀ ਦਾ ਮਾਈਂਡ ਵਾਸ਼ ਕਰਤਾ ਸਾਡੇ ਵਾਲਿਆਂ ਨੇ ਭਿੰਡਰਾ ਵਾਲੇ ਸੰਤਾਂ ਨੂੰ ਖਤਮ ਕਰਾਓ ਜੀ ਇਹ ਐਂ ਕਰਦੇ ਨੇ ਜੀ ਐਂ ਕਰਦੇ ਉਹ ਉਸ ਵੇਲੇ ਪ੍ਰਧਾਨ ਮੰਤਰੀ ਸੀ ਮੌਕੇ ਦੀ ਉਹਦੇ ਦਿਮਾਗ ਦੇ ਵਿੱਚ ਉਹੀ ਗੱਲਾਂ ਚੱਲ ਪਈਆਂ ਉਹ ਸਾਨੂੰ ਪੰਜਾਬੀ ਸੂਬਾ ਦੇ ਸਕਦੀ ਹੈ ਤੇ ਉਹ ਸਾਨੂੰ ਸਾਡੀਆਂ ਮੰਗਾਂ ਮੰਨਣ ਲਈ ਤਿਆਰ ਹੋ ਜਾਂਦੀ ਐ ਸਾਨੂੰ ਪੰਜਾਬ ਵੱਖਰਾ ਖਿੱਤਾ ਦੇਣ ਦੇ ਲਈ ਤਿਆਰ ਹੋ ਜਾਂਦੀ ਐ ਪਰ ਸਾਡੇ ਆ ਲੀਡਰਾਂ ਨੇ ਉਸ ਵੇਲੇ ਦੇ ਨੇ ਇਹਨਾਂ ਨੇ ਸਾਡੇ ਪੈਰਾਂ ਤੇ ਪਾਣੀ ਨਹੀਂ ਪੈਣ ਦਿੱਤਾ ਇਹਨਾਂ ਲੋਕਾਂ ਨੇ ਕਾਹਨ ਕਰਵਾਇਆ ਸਿੱਖੀ ਦਾ ਇਹਨਾਂ ਲੋਕਾਂ ਨੇ ਇੰਦਰਾ ਗਾਂਧੀ ਨੂੰ ਕਹਿ ਕੇ ਕਿ ਉਹਨੂੰ ਸਿੱਖਾਂ ਦੇ ਐਂਟੀ ਕਰਾਤਾ ਤੇ ਉਹਦੇ ਅੰਦਰ ਇਹਨਾਂ ਜ਼ਹਿਰ ਭਰਤਾ ਸਿੱਖਾਂ ਦੇ ਪ੍ਰਤੀ ਉਹਨੇ ਗੁਰੂ ਘਰ ਦੇ ਵਿੱਚ ਟੈਂਕਾਂ ਤੋਪਾਂ ਚੜਾਉਣ ਲੱਗੇ ਇੱਕ ਵਾਰ ਵੀ ਨਹੀਂ ਸੋਚਿਆ ਇੱਕ ਵਾਰ ਵੀ ਨਹੀਂ ਸੋਚਿਆ ਬਾਬਾ ਸੰਤਾ ਸਿੰਘ ਵਰਗੇ ਉਹਦੇ ਨਾਲ ਸੀ ਉਹਨਾਂ ਉਹ ਦੱਸਦੇ ਸੀ ਉਹ ਵੀ ਰੋਕਿਆ ਸੀ ਇੱਕ ਵਾਰ ਪਰ ਇੰਦਰਾ ਗਾਂਧੀ ਨਹੀਂ ਰੁਕੀ ਕਿਉਂਕਿ ਸਾਡਾ ਬਾਦਲ ਪਰਿਵਾਰ ਅੱਗੇ ਸੀ ਇਹਨਾਂ ਨੇ ਪੰਥਕ ਕਹੌਣ ਵਾਲਿਆਂ ਨੇ ਨਾ ਉਂਗਲਾਂ ਲਾਈ ਰੱਖੀਆਂ ਲਾਈ ਰੱਖੀਆਂ ਤੇ ਇਹਨਾਂ ਨੇ ਅਕਾਲ ਤਖ਼ਤ ਸਹਿਬ ਤੇ ਹਮਲਾ ਕਰਵਾਇਆ ਜੀ ਸੇਵਾ ਲਈ ਸਤਵੰਤ ਸਿੰਘ ਬਿਆੰਦ ਸਿੰਘ ਤੇ ਭਾਈ ਕੇਰ ਸਿੰਘ ਤੋਂ ਉਹਨਾਂ ਨੇ ਸੋਧਾ ਲਾਤਾ ਤੇ ਮੈਂ ਹੁਣ ਬੇਨਤੀ ਕਰਦਾ ਜੀ ਅੱਜ ਦੀ ਰਾਮ ਰਹੀਮ ਨੂੰ ਮਾਰਨਾ ਜਿੱਦਣ ਕਿਸੇ ਨੇ ਉਸ ਦਿਨ ਕੋਈ ਸੱਚਾ ਸੇਖੀ ਮਾਰੂਗਾ ਇਹ ਗੱਲ ਨੋਟ ਕਰ ਲਿਓ ਭਾਵੇਂ ਕਲਿੱਪ ਕੱਟ ਕੇ ਰੱਖ ਲਿਓ ਭਾਵੇਂ ਕੁਝ ਕਰ ਲਿਓ ਜਿੱਦਣ ਟਾਈਮ ਆ ਗਿਆ ਨਾ ਗੁਰੂ ਨੇ ਸੇਵਾ ਲੈ ਲਈ ਪਤਾ ਵੀ ਨਹੀਂ ਲੱਗਣਾ ਵੀ ਫਲਾਣੇ ਤੋਂ ਸੇਵਾ ਲੈ ਲਈ ਉਹਨੇ ਸੇਵਾ ਕਰਤੀ ਪਤਾ ਹੀ ਨਹੀਂ ਲੱਗਿਆ ਕਿਹੜੇ ਵੇਲੇ ਸੇਵਾ ਕਰਤੀ ਪਤਾ ਹੀ ਨਹੀਂ ਲੱਗਿਆ ਕੀ ਹੋ ਗਿਆ ਪਤਾ ਹੀ ਨਹੀਂ ਲੱਗਿਆ ਆਹ ਕਿਹੜੇ ਵੇਲੇ ਬਾਣਾ ਵਾਪਰ ਗਿਆ ਰਾਮ ਰਹੀਮ ਉਹ ਬੰਦਾ ਹੈ ਜਿਨੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਕਰਵਾਇਆ ਤੇ ਉਹਦੇ ਅੰਗ ਪੜਵਾ ਕੇ ਮਹਾਰਾਜ ਦੇ ਗਲੀਆਂ ਨਾਲੀਆਂ ਦੇ ਵਿੱਚ ਖਲਾਰੇ ਇਹ ਉਹ ਬੰਦਾ ਹੈ ਇਹਨੂੰ ਤਾਂ ਨਰਕਾਂ ਦੇ ਵਿੱਚ ਵੀ ਜਗ੍ਹਾ ਨਹੀਂ ਮਿਲਣੀ ਚਾਹੀਦੀ ਇਹਨੂੰ ਸਜ਼ਾ ਮਿਲੂਗੀ ਬਗੀਚਾ ਸਿੰਘ ਕਹਿੰਦਾ ਬੰਦੇ ਮਾਰਨ ਆਏ ਸੀ ਮਨੁੱਖੀ ਬੰਬ ਬਣ ਕੇ ਮਾਸਟਰ ਮਾਈਂਡ ਬਣ ਕੇ ਤੇ ਉਹਨਾਂ ਤੋਂ ਇਹ ਗੱਲ ਹੋਈ ਨਹੀਂ ਹੈਗੀ ਕਹਿੰਦਾ ਉਹ ਡਰ ਗਏ ਉਹ ਗਏ ਨਹੀਂ ਹੈਗੇ ਪਹਿਲਾਂ ਪਲਾਨ ਬਣਾ ਕੇ ਆਏ ਸੀ ਉਹ ਉਹਦੇ ਤਸ਼ੱਦਦਾਂ ਤੋਂ ਦੁਖੀ ਸੀ ਪਰ ਕਹਿੰਦਾ ਇਹ ਕੰਮ ਕਿਸੇ ਆਮ ਕੱਚੇ ਪਿੱਲੇ ਦਾ ਨਹੀਂ ਇਹ ਤਾਂ ਕੋਈ ਗੁਰੂ ਦਾ ਸਿੰਘ ਹੀ ਕਰੂਗਾ ਜਿੱਦਣ ਕਰਿਆ ਰਾਮ ਰਹੀਮ ਨੂੰ ਸੋਧਣਾ ਹੈ ਨਾ ਉਹਨੂੰ ਸੋਧ ਦੇਊਗਾ ਤੇ ਜਿਹੜੇ ਉਹਦਾ ਸਾਥ ਦੇਣ ਵਾਲੇ ਨੇ ਚਮਚੇ ਉਹ ਵੀ ਸੁਣ ਲਿਓ ਕਿ ਤੁਹਾਨੂੰ ਵੀ ਤੁਹਾਡੇ ਅੱਖਾਂ ਤੁਹਾਡੇ ਨੱਕ ਦੇ ਥੱਲੋਂ ਦੀ ਇਹ ਚੀਜ਼ ਨਿਕਲ ਕੇ ਚਲੀ ਜਾਊਗੀ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਨੱਕ ਦੇ ਥੱਲੋਂ ਦੀ ਇਹ ਚੀਜ਼ ਉੱਡਣੀ ਹੈ ਤੁਹਾਡੇ ਇਹ ਚੀਜ਼ਾਂ ਬਹੁਤ ਜ਼ਰੂਰੀ ਨੇ ਸਿੱਖਣੀਆਂ ਪੜਨੀਆਂ ਜ਼ਰੂਰੀ ਨੇ ਪਿਛਲਾ ਇਤਿਹਾਸ ਪੜੋ ਖਾੜਕੂ ਬਾਦ ਲਹਿਰਾਂ ਚੱਲੀਆਂ ਨਹੀਂ ਚਲਾਈਆਂ ਗਈਆਂ ਸੀ ਜਾਣ ਬੁੱਝ ਕੇ ਜੇ ਉਹਨਾਂ ਤੇ ਤਸ਼ੱਦਦ ਹੋਏ ਤਾਂ ਚਲੀਆਂ ਉਹਨਾਂ ਨੂੰ ਥਾਣਿਆਂ ਕਚੈਰੀਆਂ ਚ ਇਨਸਾਫ ਨਹੀਂ ਮਿਲਿਆ ਉਹ ਤਾਂ ਇਹ ਮਾਰਗ ਤੇ ਗਏ ਜਿਹੜੇ ਕਹਿੰਦੇ ਆ ਜੀ ਖਾੜਕੂ ਐ ਹੋ ਗਿਆ ਜੀ ਫਲਾਣਾ ਜੀ ਐ ਹੋ ਗਿਆ ਜੀ ਸਾਨੂੰ ਕੋਈ ਲੋੜ ਨਹੀਂ ਸਾਨੂੰ ਕੋਈ ਸ਼ੌਂਕ ਨਹੀਂ ਹਥਿਆਰ ਚੱਕਣ ਦਾ ਜੇ ਸਾਨੂੰ ਆਪਣੇ ਹੱਕ ਮਿਲ ਜਾਂਦੇ ਅਧਿਕਾਰ ਮਿਲ ਜਾਂਦੇ ਸਾਡੇ ਹਸਦੇ ਖੇੜਦੇ ਪਰਿਵਾਰ ਨਾ ਉਜਾੜੇ ਜਾਂਦੇ ਸਾਨੂੰ ਕੋਈ ਚਾਹ ਨਹੀਂ ਸੀ ਚੜਿਆ ਹਥਿਆਰ ਚੱਕਣ ਦਾ ਜਿਹੜੇ ਬੰਦੇ ਹਥਿਆਰਾਂ ਦੇ ਨਾਂ ਤੋਂ ਡਰਦੇ ਸੀ ਉਹ ਹਥਿਆਰ ਚੁੱਕ ਕੇ ਕਿਉਂ ਕਦੇ ਇਸ ਫੀਲਡ 'ਚ ਆ ਗਏ ਕਦੇ ਸੋਚਿਆ ਤੁਸੀਂ ਕਦੇ ਵਿਚਾਰਿਆ ਤੁਸੀਂ ਇਸ ਗੱਲ ਨੂੰ ਇਸ ਕਰਕੇ ਮੈਂ ਇੱਕ ਬੇਨਤੀ ਜਿਹੜੀ ਹੈ ਕਰਨੀ ਚਾਹੁੰਦਾ ਜਿਹੜਾ ਕੁਝ ਹੋ ਗਿਆ ਪਿੱਛੇ ਅਸੀਂ ਉਹਨੂੰ ਯਾਦ ਨਹੀਂ ਕਰਨਾ ਚਾਹੁੰਦੇ ਪਰ ਜਿਹੜੇ ਪਰਿਵਾਰਾਂ ਨਾਲ ਬੀਤੀਆਂ ਨੇ ਨਾ ਉਹਨਾਂ ਨੂੰ ਕਿਹਾ ਨਹੀਂ ਨਾ ਜਾ ਸਕਦਾ ਕਿ ਤੁਸੀਂ ਭੁੱਲ ਜਾਓ ਉਹਨਾਂ ਦੇ ਲਈ ਤੇ ਇੱਕ ਨਾਸੂਰ ਜ਼ਖਮ ਬਣ ਚੁੱਕੇ ਨੇ ਇਹ ਉਹ ਨਹੀਂ ਭੁੱਲ ਸਕਦੇ ਤੇ ਪਰਮਾਤਮਾ ਕਿਰਪਾ ਕਰੇ ਸਰਵਤ ਦੇ ਭਲੇ ਦੀ ਅਰਦਾਸ ਕਰਿਆ ਕਰੋ ਕੋਈ ਗੱਲ ਨਹੀਂ ਸਮਾਂ ਆਊ ਕੋਈ ਜਿਹੜੇ ਪੰਥ ਦੇ ਦੁਖੀ ਨੇ ਇਹਨਾਂ ਲੋਕਾਂ ਨੂੰ ਕੋਈ ਸੋਧਾ ਲਾਉਣ ਵਾਲਾ ਵੀ ਹੋਊਗਾ ਤੇ ਕੋਸ਼ਿਸ਼ਾਂ ਜਿਹੜੀਆਂ ਨੇ ਪਰਮਾਤਮਾ ਹਰ ਇੱਕ ਨੂੰ ਕਰਨ ਦਾ ਬਲ ਦਿੰਦਾ ਤੇ ਹਰ ਕੋਈ ਕਰ ਰਿਹਾ ਜਦੋਂ ਸਮਾਂ ਆ ਗਿਆ ਇਹਨਾਂ ਨੂੰ ਕਿਸੇ ਨੇ ਨਹੀਂ ਰੋਕਣਾ ਇਹ ਸਾਰੇ ਚਲੇ ਜਾਣਗੇ ਇਹਨਾਂ ਨੂੰ ਸਾਰਿਆਂ ਨੂੰ ਸੋਧਣ ਵਾਲਾ ਕੋਈ ਨਾ ਕੋਈ ਤਿਆਰ ਹੋ ਰਿਹਾ ਜੋ ਦਾ ਤਿਆਰ ਹੈ ਪਰ ਹਜੇ ਸਮਾਂ ਨਹੀਂ ਆਇਆ ਇੰਦਰਾ ਗਾਂਧੀ ਨੂੰ ਮਾਰਨ ਦੇ ਲਈ ਵੀ ਬੀ ਸਤਵੰਤ ਸਿੰਘ ਬਿਆੰਤ ਸਿੰਘ ਸੋਚਦੇ ਰਹੇ ਸੀ ਜਿੱਦਣ ਸਹੀ ਸਮਾਂ ਆਇਆ ਗੁਰੂ ਦਾ ਹੁਕਮ ਪੜ੍ਹ ਕੇ ਓਦਣ ਹੀ ਚੱਕਤਾ ਉਹਨਾਂ ਨੇ ਵੱਡੇ ਵੱਡੇ ਜੋ ਦੀਸਾਂ ਲੋਕ ਤੇ ਓਦਣ ਹੁਕਮਨਾਮਾ ਪੜ੍ਹ ਕੇ ਉਹਨਾਂ ਨੇ ਮਾਰਿਆ ਤੇ ਕਹਿੰਦੇ ਵੀ ਹੁਣ ਸਮਾਂ ਆ ਗਿਆ ਆਜੂ ਸਮਾਂ ਕੋਈ ਗੱਲ ਨਹੀਂ ਥੋੜੀ ਜੀ ਠੰਡ ਰੱਖਿਆ ਕਰੋ ਨਿਮਰਤਾ ਕੌਮੀ ਇਨਸਾਫ ਮੋਰਚਾ ਚੱਲ ਰਿਹਾ ਸਾਸ ਦਿइए ਸਾਰੇ ਜਾਣੇ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰੀਏ ਔਰ ਗੁਰੂ ਗ੍ਰੰਥ ਸਾਹਿਬ ਦੀਆਂ ਹੋਈਆਂ ਬੇਅਦਬੀਆਂ ਦਾ ਇਨਸਾਫ ਜੋ ਸੰਗਤ ਮੰਗ ਰਹੀ ਹੈ ਉਹਦਾ ਸਾਥ ਦਿइए ਸਾਰੀ ਸੰਗਤ ਦਾ ਧੰਨਵਾਦ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ